ਕੁੜੀ ਨੇ ਲਾਇਸੈਂਸ ਲੈ ਲਿਆ 18 ਸਾਲ ਦੀ ਹੋਈ ਕੁੜੀ, ਉਹਨੇ ਲਾਇਸੈਂਸ ਲੈ ਲਿਆ, ਗੱਡੀ ਲੈ ਦਿੱਤੀ ਉਹਨੂੰ ਸਭ, ਤੇ ਮੁੰਡੇ ਨੇ ਗੱਡੀ BMW ਲੈ ਲਈ, ਉਹਨੇ ਲਾਇਸੈਂਸ ਕਰ ਲਿਆ, ਕਹਿੰਦਾ ਇੰਨਾ ਚੌੜਾ ਨਾ ਹੋ, ਕਹਿੰਦਾ ਇਹ ਕੁੜੀ ਕੰਮ ਤੇ ਚੱਲ ਗਈ ਆ, ਇਹਨੇ ਚੱਲ ਜਾਣਾ, ਤੂੰ ਆਪਣਾ ਕਿਉਂ ਨੀ ਲਾਇਸੈਂਸ ਕਰਦਾ। ਤੇ ਉਦਣ ਮੈਂ ਇੰਨਾ ਰੋਇਆ, ਇੰਨਾ ਰੋ, ਮੈਨੂੰ ਮੈਂ ਗੱਲ ਨੀ ਹੁੰਦੀ, ਤੂੰ ਮੈਂ ਪਾਸ ਹੋ ਗਿਆ ਤੇ ਝਟਕਾ ਪਾਇਆ, ਬਸ ਉਹਨਾਂ ਦਾ ਮੇਰਾ ਕਰਾਇਆ ਸਕੂਲਾਂ ਜੋ ਵੀ ਕਰਾਇਆ ਉਹਨਾਂ ਨੇ, ਹੁਣ ਵੀ ਤੁਹਾਡੇ ਨਾਲ ਗੱਲ ਕਰ ਅੱਖਾਂ ਭਰੀਆਂ, ਪਰ ਉਦਣ ਤਾਂ ਵਾਲਾ ਹੀ ਰੋਇਆ, ਮੈਨੂੰ ਨਿਆਣਿਆਂ ਨੇ ਫੜਿਆ ਕੇ ਜਿਹੜੇ ਸਕੂਲ ਨਾਲ ਕਰਨ ਗਏ ਸੀ ਪੇਪਰ, ਕਹਿੰਦੇ ਅਸੀਂ ਫੇਲ ਹੋ ਗਏ ਤਾਂ ਨੀ ਕਹਿੰਦੇ ਤੂੰ ਪਾਸ ਹੋ ਕੇ, ਭਾਵੇਂ ਰੋਈ ਜਾਂਦਾ। ਸਕੂਲ ਵਾਲੇ ਵੀ ਹੈਰਾਨ ਹੋਣੇ ਨੇ ਵੀ ਕਿੱਦਾਂ ਪਾਸ ਕਰ ਗਏ ਹੈ। ਮੈਂ ਜਦੋਂ ਪਾਸ ਹੋ ਕੇ ਨਿਕਲਿਆ ਕਹਿੰਦੀ ਕਿੰਨੀ ਕੁ ਮੈਮੋਰੀ ਫਿੱਟ ਕੀਤੀ ਸੀ ਦਿਮਾਗ 'ਚ, ਮੈਂ ਕਿਹੜੀ ਮੈਮੋਰੀ, ਮੈਂ ਪੜ੍ਹਿਆ ਇੰਨਾ, ਮੈਂ ਮੈਮੋਰੀ, ਮੈਂ ਹੁਣ ਪੁੱਛ ਲਾ ਜਿਹੜੇ ਸਵਾਲ ਤੂੰ ਮੈਂ ਪੁੱਛਣੇ, 12 ਗਲਤੀਆਂ ਵਾਲੇ ਅਟੈਲੀਅਨ ਮੁੰਡੇ ਹੋ ਗਏ ਜੀ, 12 ਗਲਤੀਆਂ, 10 ਗਲਤੀਆਂ, 9 ਗਲਤੀਆਂ, 4 ਗਲਤੀਆਂ, 4, 5 ਇੱਦਾਂ ਹੋਈਆਂ ਗਲਤੀਆਂ, 11 ਦਾ ਗਰੁੱਪ ਸੀ। ਤੂੰ ਕਹ ਹੁਣ ਕਰੋ ਗੱਲ, ਤੁਸੀਂ ਕਹਿੰਦੇ ਨੇ ਇੰਡੀਆਨੀ ਕੁਝ ਪਾਸ ਹੋ ਸਕੇ, ਤੂੰ ਆਹ ਦੇਖੋ ਇੱਥੇ ਆ ਬੜਾ ਸਿੱਧੇ ਹੋ ਗਏ। ਕਹਿੰਦੇ ਸਕੂਲੇ ਮੈਂ ਇੱਕ ਦਿਨ ਵੀ ਨਹੀਂ ਗਿਆ, ਮੈਂ ਸਰ ਐਡਮਿਸ਼ਨ ਲੈਣ ਗਿਆ ਤੁਹਾਡੇ ਕੋਲ, ਹੋਰ ਜੀ 21 ਸਾਲ ਬਾਅਦ, 21 ਸਾਲ ਹੋ ਗਏ ਇਟਲੀ ਚ ਮੈਨੂੰ, ਡਰਾਵਾ ਬਸ ਨਾ ਭਾਜੀ ਤੇਰੇ ਗੱਲ ਬਸ ਦੀ ਗੱਲ ਨਹੀਂ ਹੈ, 2 ਸਾਲ ਲੱਗ ਗਏ, ਪਰ ਟਾਈਮ ਨਹੀਂ ਜਗ੍ਹਾ, ਕਲਾਸ ਲਾਉਣ ਦਾ ਟਾਈਮ ਨਹੀਂ ਸੀਗਾ, ਕਲਾਸ 8 ਵਜੇ ਸ਼ੁਰੂ ਹੁੰਦੀ, 9:30 ਖਤਮ ਹੁੰਦੀ, ਮੈਂ 9 ਵਜੇ ਵਿਹਲਾ ਹੁੰਦਾ ਕੰਮ ਤੋਂ ਰਾਤ ਨੂੰ, ਜਿਹੜੇ ਵੀ ਪੁੱਛਦਾ ਕਹਿੰਦਾ ਹੈਡਫੋਨ ਆਪਣੇ ਜ਼ਰੂਰ ਲਿਓ, ਨਹੀਂ ਤਾਂ ਹੈਡਫੋਨ ਤਾਂ ਬਿਨਾਂ ਔਖਾ, ਅੱਧਾ ਟਾਈਮ ਲੱਗਦਾ, ਮੈਂ 8 ਮਿੰਟ 'ਚ ਕਰ ਹਟਿਆ ਸੀਗਾ ਅਤੇ 12 ਮਿੰਟ 'ਚ ਰਿਪੀਟ ਕੀਤਾ, 8 ਮਿੰਟ 'ਚ ਕਲੀਅਰ ਹੋ ਗਿਆ ਸੀ ਮੇਰਾ, ਮੈਂ ਤਾਂ ਜਿੱਦਣ ਜੀ ਮੈਨੂੰ ਲਾਇਸੈਂਸ ਮਿਲ ਗਿਆ ਮੈਂ ਤੁਹਾਨੂੰ ਇੱਥੇ ਮਿਲਣ ਆਉਣਾ ਜ਼ਰੂਰ। ਤੁਹਾਡਾ ਸਵਾਗਤ ਕਰਾਂਗੇ ਭਾਅ ਜੀ ਅਸੀਂ, ਜਿਸ ਬੰਦੇ ਨੇ ਮੈਨੂੰ ਜੇ ਚਸਕਾ ਪਾਇਆ ਉਹਨੂੰ ਵੀ ਨਾਲ ਲੈ ਕੇ ਆਉਣਾ, ਮੈਂ ਬੇਟੂ ਤਾਂ ਮੇਰੇ ਨਾਲ ਜਾਣਾ, ਉੱਧਰ ਨੂੰ ਆਪਾਂ ਜਾਣਾ, ਉੱਥੇ ਮਿਲ ਕੇ ਆਉਣਾ, ਅਤੇ ਘਰ ਆ ਕੇ ਮੈਂ ਕਿਹਾ ਸਵਾਲ ਤਾਂ ਬਾਹਲੇ ਸੌਖੇ ਗਏ, ਮੁੰਡਾ ਕਹਿੰਦਾ ਗੱਡੀ ਪਿਆ, ਬਾਅਦ 'ਚ ਸਾਰੇ ਇੱਦਾਂ ਕਹਿੰਦੇ ਆ, ਪਹਿਲਾਂ ਪਤਾ ਲੱਗਦਾ ਨਹੀਂ, ਜੋ ਉਹੀ ਤੁਸੀਂ ਵੱਡੀ ਹਿੰਮਤ, ਇਹ ਵੀ 2 ਵਾਰੀ ਪੜਾਉਣਾ, ਜਦ ਤੱਕ ਤੁਸੀਂ ਮੈਨੂੰ ਮੈਸੇਜ ਨਹੀਂ ਕਰਦੇ ਮੈਂ ਪਾਸ ਗਿਆ, ਉਹਨਾਂ ਤੱਕ ਮੈਂ ਪੜਾਉਣਾ ਆ, ਨਾਲ ਦੀ ਰੱਖ ਲਓ ਘਰ ਵਾਲੀ ਦਾ, ਕਹਿੰਦੀ ਮੈਂ ਤਾਂ ਉਦਣ ਸੋਚੂਗੀ ਸਾਡੇ ਗੱਡੀ ਹੈਗੀ ਆ, ਜਿੱਦਣ ਮੈਂ ਤੇਰੇ ਨਾਲ ਬੈਠ ਕੇ ਮੋਹਰੇ ਬੈਠੂਗੀ, ਦੇਖਿਆ ਮੈਂ ਚੱਲ ਹੁਣ ਭਾਵ ਤੇਰਾ ਵੀ ਸੁਪਨਾ ਪੂਰਾ ਹੋ ਗਿਆ, ਹੁਣ ਮੋਹਰੇ ਬੈਠਣ ਵਾਲੀ ਹੋ ਗਈ, ਜਜ਼ਬਾਤ ਹੁੰਦੇ ਨੇ ਨਾ, ਜਦੋਂ ਸਾਰੀ ਦੁਨੀਆ ਕੇ ਤੇ ਕੁਣੀ ਹੋਣਾ ਤੇ ਅਸੀਂ ਕਰਕੇ ਦਿਖਾਈਏ, ਤੇ ਇਹ ਜਜ਼ਬਾਤ ਹੁੰਦੇ ਨੇ, ਔਰ ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਕਰਨਾ ਚਾਹੀਦਾ, ਬੇਸ਼ੱਕ ਸਾਡੇ ਬੱਚਿਆਂ ਕੋਲ ਪਤੈਂਤੇ ਨੇ ਗੱਡੀਆਂ ਨੇ, ਜਦ ਤੱਕ ਸਾਡੇ ਕੋਲ ਨਹੀਂ ਹੈਗਾ ਅਸੀਂ ਅਧੂਰੇ ਹਾਂ। ਉਹੀ ਆ ਕਹਿੰਦਾ ਤੈ ਸਮਾਨ ਲੈਣ ਜਾਣਾ, ਹੁਣ ਮੁੰਡੇ ਨੂੰ ਟਿੱਕੀ ਜਾਊਗਾ, ਕੁੜੀ ਨੂੰ ਟਿੱਕੀ ਜਾਊਗਾ, ਆਪ ਤੈਨੂੰ ਸਮਾਨ ਚਾਹੀਦਾ ਤੂੰ ਆਪ ਜਾਵੇਂ, ਬਾਕੀ ਉਹ ਮੈਂ ਤੁਸੀਂ ਵੀਡੀਓ ਪਾਈ ਸੀ, ਬੰਦਾ ਰੋਂਦਾ ਬਹੁਤ, ਕਹਿੰਦਾ ਮੈਂ ਅਨਪੜ੍ਹ ਬੋਲ ਕੇ ਸੁਣ ਕੇ ਕੀਤਾ ਸਾਰਾ ਪਾਸ ਹੋ ਗਿਆ, ਜਿਹੜੇ ਮੈਨੂੰ ਕਹਿੰਦੇ ਕਿ ਪਰੋਂ ਦਾ ਮੂੰਹ ਤੇ ਚਪੇੜ ਮਾਰੀ ਜਿੱਦਾਂ ਕਹਿੰਦਾ ਮੈਂ ਪਾਸ ਹੋ ਗਿਆ, ਬਿਲਕੁਲ ਏਦਾਂ ਦੇ ਦਿਮਾਗ 'ਚ ਬਿਠਾਉਣੀਆਂ ਤੁਹਾਡੀਆਂ ਗੱਲਾਂ। ਆਪਾਂ ਦੇਖੋ ਜਿਹੜੇ ਜਿਹੜੇ ਜਲਦੀ ਕਰ ਲੈਂਦੇ ਨੇ ਉਹਨਾਂ ਦੀ ਉਦਾਹਰਣ ਤਾਂ ਦਿੰਦੇ ਆ, ਜਿਨ੍ਹਾਂ ਨੇ ਬਹੁਤ ਔਖਾ ਕੀਤਾ ਉਹਦੀ ਉਦਾਹਰਣ ਮੈਂ ਜ਼ਰੂਰ ਦਿੰਦਾ ਕਲਾਸ 'ਚ, ਵੀ ਆ ਦੇਖੋ ਇੰਨੀਆਂ ਮੁਸ਼ਕਲਾਂ, ਇੰਨੀ ਮਤਲਬ ਏਜ ਹੋਣ ਤੋਂ ਬਾਅਦ ਬਿਲਕੁਲ ਪੜ੍ਹਾਈ ਨਾ ਹੋਣ ਦੇ ਬਾਵਜੂਦ ਪਤੈਂਤੇ ਕਰ ਲਿਆ, ਤੇ ਕਿੱਡੀ ਵੱਡੀ ਗੱਲ, ਬਹੁਤ ਹਿੰਮਤ ਭਾਈ ਤੁਹਾਡੀ, ਬਹੁਤ ਹਿੰਮਤ ਆ ਤੁਹਾਡੀ, ਰੱਬ ਨੇ ਇੰਨੀ ਸੁਣ ਲਈ ਜੀ, 6 ਮਹੀਨੇ 'ਚ ਮੇਰੇ ਸਾਰੇ ਕੰਮ ਸਮਝ ਲਓ ਚੀਤਾ ਜੀ ਲਾਇਸੈਂਸ ਤੱਕ ਮੈਨੂੰ ਮਿਲ ਗਿਆ। ਕਿਆ ਬਾਤ ਹੈ, ਕਿਆ ਬਾਤ ਹੈ, ਆਪਾਂ ਸਬਰ ਰੱਖੀਏ, ਰੱਬ ਸਭ ਕੁਝ ਦਿੰਦਾ ਆ, ਸਬਰ ਰੱਖਣਾ ਪੈਂਦਾ।